ਮੇਰਾ ਜਨਮ ਅਮੋਲਕ ਤੇਰਾ, ਮੇਰਾ ਜਨਮ ਅਮੋਲਕ ਤੇਰਾ, ਮਿੱਟੀ ਵਿੱਚ ਰੋਲ ਸੁੱਟਿਆ ਜਨਮ ਅਮੋਲਕ ਤੇਰਾ, ਮਿੱਟੀ ਵਿੱਚ ਰੋਲ ਸੁੱਟਿਆ ਜਪ ਜਾਗ ਸੁੱਤਿਆ, ਮੇਰਾ ਜਨਮ ਅਮੋਲਕ ਤੇਰਾ, ਮਿੱਟੀ ਵਿੱਚ ਰੋਲ ਸੁੱਤਿਆ, ਮੇਰਾ ਜਨਮ ਅਮੋਲਕ ਤੇਰਾ, ਤੂੰ ਮਿੱਟੀ ਵਿੱਚ ਰੋਲ ਸੁੱਤਿਆ, ਮੇਰਾ ਜਨਮ ਅਮੋਲਕ ਸਫਲ ਬਣਾ ਲੈ ਆਪਣੀ, ਛੱਡ ਦੇ ਗਲਤ ਵਿਚਾਰਾਂ ਨੂੰ, ਛੱਡ ਦੇ ਗਲਤ ਵਿਚਾਰਾਂ ਨੂੰ, ਛੱਡ ਦੇ ਗਲਤ ਵਿਚਾਰਾਂ ਨੂੰ, ਨੀਵਿਆਂ ਨੂੰ ਗੱਲ ਲਾਉਣਾ ਸਿੱਖ ਲੈ, ਕਰ ਲੈ ਪਰੀ ਉਪਕਾਰਾਂ ਨੂੰ, ਕਰ ਲੈ ਪਰੀ ਉਪਕਾਰਾਂ ਨੂੰ, ਕਰ ਲੈ ਪਰੀ ਉਪਕਾਰ, ਚਾਰ ਰੋਜ ਦੀ ਇਹ ਜ਼ਿੰਦਗੀ ਪੁਰਾਣੀ, ਅੰਤ ਇਹਨੇ ਜਾਣਾ ਲੁੱਟਿਆ, ਮੇਰਾ ਜਨਮ ਅਮੋਲਕ ਤੇਰਾ, ਮਿੱਟੀ ਵਿੱਚ ਰੋਲ ਸੁੱਟਿਆ, ਮੇਰਾ ਜਨਮ ਅਮੋਲਕ ਤੇਰਾ, ਮਿੱਟੀ ਵਿੱਚ ਰੋਲ ਸੁੱਟਿਆ, ਮੇਰਾ ਜਨਮ ਅਮੋਲਕ ਤੇਰਾ, ਮਿੱਟੀ ਵਿੱਚ ਰੋਲ ਸੁੱਟਿਆ, ਸੱਚਿਆਂ ਨਾਲੋਂ ਤੋੜ ਦੋਸਤੀ, ਸੱਚੇ ਨੂੰ ਯਾਰ ਬਣਾ ਲੈ ਤੂੰ, ਸੱਚੇ ਨੂੰ ਯਾਰ ਬਣਾ ਲੈ ਤੂੰ, ਸੱਚੇ ਨੂੰ ਯਾਰ ਬਣਾ ਲੈ ਤੂੰ, ਚੋਰੀ ਠੱਗੀ ਲੁਕੀ ਨੀ ਰਹਿਣੀ,
ਮਨ ਦੇ ਵਿੱਚ ਅਜਮਾ ਲੈ ਤੂੰ, ਮਨ ਦੇ ਵਿੱਚ ਅਜਮਾ ਲੈ ਤੂੰ, ਮਨ ਦੇ ਵਿੱਚ ਅਜਮਾ ਲੈ ਤੂੰ। ਪੂੰਜੀ ਮੁਕਣੀ ਸਵਾਸਾਂ ਦੀ ਹੈ ਤੇਰੀ, ਜੋ ਘੜੇ ਵਿੱਚੋਂ ਪਾਣੀ ਮੁੱਕਿਆ ਜਨਮ ਅਮੋਲਕ ਤੇਰਾ, ਮਿੱਟੀ ਵਿੱਚ ਰੋਲ ਸੁੱਟਿਆ ਵੀਰਾ, ਜਨਮ ਅਮੋਲਕ ਤੇਰਾ, ਮਿੱਟੀ ਵਿੱਚ ਰੋਲ ਸੁੱਟਿਆ ਵੀਰਾ, ਜਨਮ ਅਮੋਲਕ ਤੇਰਾ, ਮਿੱਟੀ ਵਿੱਚ ਰੋਲ ਸੁੱਟਿਆ। ਬਾਣੀ ਮਨ ਨੂੰ ਓ ਬਾਣੀ ਮਨ ਨੂੰ ਠੋਕਰਾ ਮਾਰੇ, ਨਾਮ ਜਪ ਜਾਗ ਸੁੱਤਿਆ ਮੇਰਾ, ਜਨਮ ਅਮੋਲਕ ਤੇਰਾ, ਮਿੱਟੀ ਵਿੱਚ ਰੋਲ ਸੁੱਤਿਆ ਮੇਰਾ, ਜਨਮ ਅਮੋਲਕ ਤੇਰਾ, ਮਿੱਟੀ ਵਿੱਚ ਰੋਲ ਸੁੱਤਿਆ ਮੇਰਾ, ਜਨਮ ਅਮੋਲਕ ਤੇਰੇ ਕੰਮ ਨਹੀਂ ਆਉਣਾ, ਸੌ ਸੌ ਉਮਰ ਗੁਜ਼ਾਰੀ ਨਾ, ਸੌ ਸੌ ਉਮਰ ਗੁਜ਼ਾਰੀ ਨਾ, ਸੌ ਸੌ ਉਮਰ ਗੁਜ਼ਾਰੀ ਨਾ। ਹਾਰ ਜਾਣਾ ਇਹ ਤਨ ਤੇਰੇ ਨੇ, ਮਨ ਬਾਣੀ ਤੋਂ ਹਾਰੀ ਨਾ, ਮਨ ਬਾਣੀ ਤੋਂ ਹਾਰੀ ਨਾ, ਮਨ ਬਾਣੀ ਤੋਂ ਜਦੋਂ ਆ ਗਿਆ ਬੁਢੇਪਾ ਤੇਰੇ ਸਿਰ ਤੇ, ਨਾ ਪੈਰ ਤੈਥੋਂ ਜਾਣਾ ਪੁੱਟਿਆ ਮੇਰਾ, ਜਨਮ ਅਮੋਲਕ ਤੇਰਾ, ਮਿੱਟੀ ਵਿੱਚ ਰੋਲ ਸੁੱਟਿਆ ਮੇਰਾ, ਜਨਮ ਅਮੋਲਕ ਤੇਰਾ, ਮਿੱਟੀ ਵਿੱਚ ਰੋਲ ਸੁੱਟਿਆ ਮੇਰਾ, ਜਨਮ ਅਮੋਲਕ ਤੇਰਾ, ਮਿੱਟੀ ਵਿੱਚ ਰੋਲ ਸੁੱਟਿਆ। ਬਾਣੀ ਮਨ ਨੂੰ ਓ ਬਾਣੀ ਮਨ ਨੂੰ ਓਕਰਾ ਮਾਰੇ, ਨਾਮ ਜਪ ਜਾਗ ਸੁੱਤਿਆ ਮੇਰਾ, ਜਨਮ ਅਮੋਲਕ ਤੇਰਾ, ਮਿੱਟੀ ਵਿੱਚ ਰੋਲ ਸੁੱਤਿਆ ਮੇਰਾ, ਜਨਮ ਅਮੋਲਕ ਤੇਰਾ, ਮਿੱਟੀ ਵਿੱਚ ਰੋਲ ਸੁੱਤਿਆ ਮੇਰਾ, ਜਨਮ ਅਮੋਲਕ ਤੇਰਾ,
ਸਤਿਗੁਰੂ ਪਾਤਸ਼ਾਹ ਗੁਰਬਾਣੀ ਦੇ ਵਿੱਚ ਮਨੁੱਖ ਨੂੰ ਸਮਝਾ ਰਹੇ ਨੇ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫੱਕੜੇ ਸਭ ਮੁਕਦੀ ਚੱਲੀ ਰਹਿਣ। ਪਾਤਸ਼ਾਹ ਸਮਝਾ ਰਹੇ ਨੇ ਕਿ ਇਹ ਪ੍ਰਾਣੀ ਤੂੰ ਆਪਣਾ ਇੱਥੇ ਆਇਆ ਹੋਇਆ ਸਫਲ ਕਰਨਾ ਹੈ ਨਾ, ਤੈਨੂੰ ਉਸ ਪਰਮਾਤਮਾ ਨੇ ਇਹ ਮਾਨਸ ਜਨਮ ਅਮੋਲਕ ਹੀਰਾ ਬਖਸ਼ਿਸ਼ ਕੀਤਾ ਹੈ, ਤੂੰ ਇਹਨੂੰ ਸਫਲ ਬਣਾਉਣਾ ਹੈ। ਪਾਤਸ਼ਾਹ ਆਖ ਰਹੇ ਨੇ ਕਿ ਉਸ ਪ੍ਰਭੂ ਦੀ, ਉਸ ਪਰਮਾਤਮਾ ਦੀ, ਅਕਾਲ ਪੁਰਖ ਦੀ ਬੰਦਗੀ ਕਰਕੇ, ਸਿਮਰਨ ਕਰਕੇ, ਉਸ ਪ੍ਰਭੂ ਵੱਲੋਂ ਬਖਸ਼ੇ ਹੋਏ ਸਵਾਸਾਂ 'ਚੋਂ, ਬਖਸ਼ੀ ਹੋਈ ਸਵਾਸਾਂ ਦੀ ਪੂੰਜੀ 'ਚੋਂ ਕੁਝ ਐਸੇ ਸਵਾਸ ਕੱਢਿਆ ਕਰ ਜੋ ਉਸ ਪ੍ਰਭੂ ਦੀ, ਉਸ ਪਰਮਾਤਮਾ ਦੀ ਬੰਦਗੀ ਦੇ ਵਿੱਚ ਲਾਏ ਜਾ ਸਕਣ। ਪਤਾ ਨਹੀਂ ਇਸ ਸਰੀਰ ਨੇ, ਇਸ ਦੇਹੀ ਨੇ ਕਦੋਂ ਢਹਿ ਢੇਰੀ ਹੋ ਜਾਣ। ਪਾਤਸ਼ਾਹ ਨੇ ਗੁਰਬਾਣੀ 'ਚ ਉਚਾਰਿਆ ਕਿ ਜਦੋਂ ਬੰਦਾ ਇਸ ਸੰਸਾਰ 'ਤੇ ਆਉਂਦਾ ਹੈ ਨਾ, ਉਹਦੇ ਜਾਣ ਦਾ ਵੀ ਪਹਿਲਾਂ ਹੀ ਦਿਨ ਬੰਨ ਦਿੱਤਾ ਜਾਂਦਾ। ਉਚਾਰਨ ਕਰਦੇ ਨੇ, ਜਿੱਤ ਦਿਹਾੜ ਹੈ ਧਨ ਵਰੀ, ਸਾਹੇ ਲਏ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ। ਪਤਾ ਨਹੀਂ ਇਹ ਸਰੀਰ ਦਾ ਭਾਂਡਾ ਕਦੋਂ ਫੁੱਟ ਜਾਣਾ। ਪਾਤਸ਼ਾਹ ਨੇ ਗੁਰਬਾਣੀ 'ਚ ਉਚਾਰਿਆ ਇਹ ਸੰਸਾਰ ਹੈ ਨਾ, ਇਹ ਜਗਤ, ਇਸ ਦੇ ਉੱਪਰ ਜੋ ਵੀ ਆਇਆ, ਭਾਵੇਂ ਉਹ ਜੋਗੀ, ਜਤੀ, ਰਿਸ਼ੀ, ਮੁਨੀ, ਸਾਧੂ, ਸੰਤ, ਮਹਾਤਮਾ ਹੈ, ਆਪਣੇ ਆਪ ਨੂੰ ਬਹੁਤ ਵੱਡਾ ਸੂਰਬੀਰ ਯੋਧਾ ਅਖਵਾਉਣ ਵਾਲਾ ਹੈ, ਉਹ ਵੀ ਇਸ ਸੰਸਾਰ ਤੋਂ ਆ ਕੇ ਤੁਰ ਗਏ, ਉਹਨੂੰ ਵੀ ਇਸ ਸੰਸਾਰ ਤੋਂ ਜਾਣਾ ਪਿਆ। ਐਸੀ ਵਾਰਤਾ ਆਉਂਦੀ ਹੈ ਜਦੋਂ ਕੌਰਵਾਂ ਅਤੇ ਪਾਂਡਵਾਂ ਦਾ ਯੁੱਧ ਹੋ ਰਿਹਾ ਸੀ ਨਾ, ਤਾਂ ਉਸ ਯੁੱਧ ਅੰਦਰ ਮਹਾਬਲੀ ਸੂਰਬੀਰ ਯੋਧਾ ਅਰਜਨ ਲੜ ਰਿਹਾ, ਅਰਜਨ ਵੀ ਲੜ ਰਿਹਾ ਅਤੇ ਉਹਦਾ ਇੱਕੋ ਇੱਕ ਸਪੁੱਤਰ ਜਿਸਦਾ ਨਾਮ ਅਭਿਮਨਿਊ ਸੀ ਉਹ ਵੀ ਲੜ ਰਿਹਾ। ਇਕਲੌਤਾ ਸਪੁੱਤਰ ਅਰਜਨ ਦਾ ਅਭਿਮਨਿਊ ਲੜ ਰਿਹਾ ਨਾ, ਜਦੋਂ ਐਸਾ ਤੀਰ ਵੱਜਿਆ ਅਭਿਮਨਿਊ ਦੀ ਛਾਤੀ ਦੇ ਵਿੱਚ ਕਿ ਥਾਂ ਮਾਰਿਆ ਗਿਆ। ਜਦੋਂ ਅਰਜਨ ਨੇ ਆਪਣੇ ਪੁੱਤਰ ਨੂੰ ਮਰਿਆ ਵੇਖਿਆ ਨਾ, ਐਡਾ ਵੱਡਾ ਮਹਾਬਲੀ ਸੂਰਬੀਰ ਯੋਧਾ, ਐਡੇ ਵੱਡੇ ਜਿਗਰੇ ਵਾਲਾ ਆਪਣੇ ਪੁੱਤਰ ਦੀ ਮੌਤ ਨਹੀਂ ਵੇਖ ਸਕਿਆ, ਸਾਰੇ ਹਥਿਆਰ ਹੱਥੋਂ ਡਿੱਗ ਪਏ, ਆਪਣੇ ਪੁੱਤਰ ਦੀ ਲਾਸ਼ ਕੋਲ ਬੈਠਾ, ਧਾਹਾਂ ਮਾਰ ਮਾਰ ਰੋ ਰਹੇ। ਐਡਾ ਵੱਡਾ ਮਹਾਬਲੀ ਸੂਰਬੀਰ ਯੋਧਾ ਆਪਣੇ ਪੁੱਤਰ ਦੀ ਲਾਸ਼ ਨੂੰ ਚੁੱਕਿਆ ਅਤੇ ਭਗਵਾਨ ਕ੍ਰਿਸ਼ਨ ਜੀ ਦੇ ਚਰਨਾਂ 'ਚ ਲਿਜਾ ਰੱਖੀ, ਰੋ ਰਿਹਾ, ਕਹਿੰਦਾ ਭਗਵਾਨ ਮੇਰਾ ਤਾਂ ਇੱਕੋ ਇੱਕ ਸਪੁੱਤਰ ਸੀ, ਇਸੇ ਦੇ ਸਹਾਰੇ ਮੈਂ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਬਤੀਤ ਕਰਨੇ ਸਨ, ਇਸੇ ਨੇ ਮੇਰੀ ਜੀਵਨ ਡੰਗੋਰੀ ਬਣਨਾ ਸੀ, ਭਗਵਾਨ ਇਹ ਵੀ ਮੇਰੇ ਕੋਲੋਂ ਸਦਾ ਲਈ ਵਿਛੜ ਗਿਆ, ਮੈਂ ਇਹਦਾ ਵਿਛੋੜਾ ਨਹੀਂ ਸਾਰ ਸਕਦਾ, ਆਪ ਇਹਨੂੰ ਜਿਉਂਦਾ ਕਰ ਦਿਓ। ਅਤੇ ਭਗਵਾਨ ਕ੍ਰਿਸ਼ਨ ਨੇ ਆਖਿਆ, ਅਰਜਨ ਤੇਰੇ ਪੁੱਤਰ ਨੂੰ ਸਵਾਸਾਂ ਦੀ ਪੂੰਜੀ ਮਿਲੀ ਇੰਨੀ ਕੁਛ, ਅਤੇ ਲਿਖਿਆ ਸੀ ਕਿ ਇਹਦੀ ਮੌਤ ਵੀ ਇਸੇ ਤਰ੍ਹਾਂ ਆਉਣੀ ਸੀ, ਇਹ ਉਸ ਪਰਮਾਤਮਾ ਦਾ, ਪ੍ਰਭੂ ਦਾ
ਹੁਕਮ ਸੀ, ਉਹਦਾ ਭਾਣਾ ਸੀ, ਉਹਨੂੰ ਮਿੱਠਾ ਕਰਕੇ ਮੰਨ ਲੈ। ਕਹਿੰਦਾ ਨਹੀਂ, ਜਿੱਦ ਕਰ ਬੈਠਾ। ਕਹਿੰਦਾ ਆਪ ਕਿਰਪਾ ਨਿਧਾਨ ਹੋ, ਸਰਬ ਸ਼ਕਤੀਮਾਨ ਹੋ, ਇਹਨੂੰ ਜਿਉਂਦਾ ਕਰ ਦਿਓ। ਜਦੋਂ ਜਿੱਦ ਕਰ ਬੈਠਾ ਨਾ, ਭਗਵਾਨ ਕ੍ਰਿਸ਼ਨ ਜੀ ਨੇ ਮਨ 'ਚ ਵਿਚਾਰਿਆ, ਕਹਿੰਦੇ ਜਿੱਦ ਕਰ ਬੈਠਾ ਕਿਸੇ ਢੰਗ ਨਾਲ ਤਰੀਕੇ ਨਾਲ ਸਮਝਾਉਣੇ। ਕਹਿੰਦੇ ਅਰਜਨ ਚੰਗਾ ਫਿਰ ਇਉਂ ਕਰ, ਆ ਖਾਲੀ ਲੋਟਾ ਲੈ ਜਾ ਅਤੇ ਜਾ ਨਦੀ ਤੋਂ ਪਾਣੀ ਦਾ ਭਰ ਕੇ ਲਿਆ। ਤੁਰ ਪਿਆ, ਮਨ 'ਚ ਵਿਚਾਰ ਰਿਹਾ, ਕਹਿੰਦਾ ਸ਼ਾਇਦ ਛਿੱਟਾ ਦੇਣਾ ਹੋਣਾ। ਜਦੋਂ ਲੋਟਾ ਪਾਣੀ ਦਾ ਭਰ ਲਿਆ ਹੈ ਨਾ ਗੁਰਮੁਖੋ, ਫਿਰ ਆਖ ਦਿੱਤਾ ਭਗਵਾਨ ਕ੍ਰਿਸ਼ਨ ਜੀ ਨੇ, ਕਹਿੰਦੇ ਅਰਜਨ ਜਿੱਥੋਂ ਪਾਣੀ ਲੈ ਕੇ ਆਇਆ ਹੈ ਨਾ, ਉੱਥੇ ਪਾਣੀ ਫਿਰ ਰੋ ਲਿਆ, ਤੁਰ ਪਿਆ। ਕਹਿੰਦਾ ਸ਼ਾਇਦ ਇਹ ਵੀ ਕੋਈ ਮੰਤਰ ਹੋਵੇ। ਅਤੇ ਜਦੋਂ ਖਾਲੀ ਲੋਟਾ ਲੈ ਕੇ ਆਇਆ ਹੈ ਨਾ, ਫਿਰ ਆਖ ਦਿੱਤਾ ਭਗਵਾਨ ਨੇ, ਕਹਿੰਦੇ ਅਰਜਨ ਜਿਹੜੀ ਨਦੀ ਵਿੱਚ ਪਾਣੀ ਡੁੱਲ ਕੇ ਆਇਆ ਹੈ ਨਾ, ਉਹੀ ਪਾਣੀ ਫਿਰ ਵਾਪਸ ਲੈ ਕੇ ਆ। ਵੇਖੀ ਕਿਤੇ ਹੋਰ ਪਾਣੀ ਨਾ ਹੋਵੇ, ਤੈਨੂੰ ਪਹਿਚਾਣ ਹੈ ਨਾ ਜਿਹੜਾ ਪਾਣੀ ਤੂੰ ਡੋਲ ਕੇ ਆਇਆ। ਕਹਿੰਦਾ ਭਗਵਾਨ ਕਿਉਂ ਬੁਝਾਰਤਾਂ ਪਾਉਂਦੇ ਹੋ, ਉਹ ਤਾਂ ਚੱਲਦਾ ਪਾਣੀ ਸੀ, ਚੱਲਦਾ ਪ੍ਰਵਾਹ ਸੀ, ਨਾ ਕੋਈ ਉਸ ਦਾ ਰੂਪ ਹੈ, ਨਾ ਕੋਈ ਰੰਗ ਹੈ, ਨਿਰਮਲ ਜਲ ਸੀ, ਪਾਣੀ ਸੀ, ਪਾਣੀ ਦੇ ਵਿੱਚ ਮਿਲ ਗਿਆ, ਨਾ ਕੋਈ ਰੂਪ ਹੈ, ਨਾ ਕੋਈ ਰੰਗ ਹੈ, ਉਹ ਤਾਂ ਨਹੀਂ ਵਾਪਸ ਆ ਸਕਦਾ। ਭਗਵਾਨ ਕ੍ਰਿਸ਼ਨ ਨੇ ਆਖਿਆ ਅਰਜਨ, ਇਸੇ ਤਰ੍ਹਾਂ ਤੇਰਾ ਪੁੱਤਰ ਵੀ ਉਸ ਪ੍ਰਭੂ ਦੇ, ਉਸ ਪਰਮਾਤਮਾ ਦੇ ਚਰਨਾਂ 'ਚੋਂ ਜੋਤ ਸੀ, ਅਤੇ ਜਿੱਥੋਂ ਉਹ ਜੋਤ ਆਈ ਸੀ ਨਾ, ਉੱਥੇ ਜਾ ਕੇ ਸਮਾ ਗਈ, ਉਹ ਵੀ ਨਹੀਂ ਵਾਪਸ ਆ ਸਕਦੀ। ਪਾਤਸ਼ਾਹ ਨੇ ਵੀ ਗੁਰਬਾਣੀ 'ਚ ਉਚਾਰਿਆ ਕਿ ਹਰ ਇੱਕ ਜੀ ਅੰਦਰ ਉਸ ਪਰਮਾਤਮਾ ਨੇ ਆਪਣੀ ਜੋਤ ਰੱਖੀ ਹੈ। ਸਭ ਮਹਿ ਜੋਤ, ਜੋਤ ਹੈ ਸੋਏ। ਭਗਵਾਨ ਕ੍ਰਿਸ਼ਨ ਨੇ ਆਖਿਆ ਕਿ ਤੇਰਾ ਪੁੱਤਰ ਉਸ ਪ੍ਰਭੂ ਦੇ ਚਰਨਾਂ 'ਚੋਂ ਜੋਤ ਸੀ, ਅਤੇ ਜਿੱਥੋਂ ਉਹ ਜੋਤ ਆਈ ਸੀ ਨਾ, ਉੱਥੇ ਜਾ ਕੇ ਸਮਾ ਗਈ ਹੈ, ਉਹ ਵੀ ਨਹੀਂ ਵਾਪਸ ਆ ਸਕਦੀ, ਚਰਨਾਂ 'ਤੇ ਢਹਿ ਪਏ। ਪਾਤਸ਼ਾਹ ਨੇ ਗੁਰਬਾਣੀ 'ਚ ਉਚਾਰਿਆ, ਉਪਦੇਸ਼ ਦਿੱਤਾ ਕਿ ਹੇ ਪ੍ਰਾਣੀ, ਤੈਨੂੰ ਇਹ ਮਾਨਸ ਜਨਮ ਅਮੋਲਕ ਹੀਰਾ ਉਸ ਪਰਮਾਤਮਾ ਨੇ ਬਖਸ਼ਿਸ਼ ਕੀਤਾ, ਤੂੰ ਇਹਨੂੰ ਬੰਦਗੀ ਕਰਕੇ, ਸਿਮਰਨ ਕਰਕੇ ਸਫਲ ਬਣਾ ਲੈ। ਪਾਤਸ਼ਾਹ ਦਾ ਹੁਕਮ ਹੈ, ਇਹ ਨਹੀਂ ਕਿ ਸਾਰਾ ਦਿਨ ਬੰਦਗੀ ਕਰਦੇ ਰਹਿਣਾ, ਆਪਣੇ ਘਰ ਨੂੰ, ਪਰਿਵਾਰ ਨੂੰ, ਬੱਚਿਆਂ ਨੂੰ ਛੱਡ ਦੇਣਾ। ਪਾਤਸ਼ਾਹ ਨੇ ਆਖਿਆ ਘਰ ਦੇ ਕਾਰੋਬਾਰ ਵੀ ਕਰਨੇ ਨੇ, ਧੰਦੇ ਵੀ ਕਰਨੇ ਨੇ, ਪਰ ਬੰਦਗੀ ਵਾਸਤੇ ਵੀ ਸਮਾਂ ਕੱਢਣਾ, ਉਚਾਰਨ ਕਰ ਰਹੇ ਨੇ। ਤੇਰਾ ਜਨਮ ਅਮੋਲਕ ਤੇਰਾ, ਮਿੱਟੀ ਵਿੱਚ ਰੋਲ ਸੁੱਟਿਆ। ਤੇਰਾ ਜਨਮ ਅਮੋਲਕ ਤੇਰਾ, ਮਿੱਟੀ ਵਿੱਚ ਰੋਲ ਸੁੱਟਿਆ। ਤੇਰਾ ਜਨਮ ਅਮੋਲਕ ਤੇਰਾ, ਮਿੱਟੀ ਵਿੱਚ ਰੋਲ ਸੁੱਟਿਆ। ਤੇਰਾ ਜਨਮ ਅਮੋਲਕ ਤੇਰਾ, ਮਿੱਟੀ ਵਿੱਚ ਰੋਲ ਸੁੱਟਿਆ।
ਵੀਰ ਸੰਧੂ ਨਾ ਰਹਿਣਾ ਇੱਥੇ ਆਖਰ ਨੂੰ ਤੁਰ ਜਾਣਾ ਏ ਆਖਰ ਨੂੰ ਤੁਰ ਜਾਣਾ ਏ ਆਖਰ ਨੂੰ ਤੁਰ ਜਾਣਾ ਏ ਨੈਬ ਸਿੰਘ ਨਾ ਰਿਹਾ ਨਾ ਕੋਈ ਇਹ ਦਸਤੂਰ ਪੁਰਾਣਾ ਏ ਦਸਤੂਰ ਪੁਰਾਣਾ ਏ ਪਾਤਸ਼ਾਹ ਨੇ ਗੁਰਬਾਣੀ ਚ ਇਹ ਵੀ ਉਚਾਰਿਆ ਕਿ ਹੇ ਪ੍ਰਾਣੀ ਹੇ ਮਨੁੱਖ ਇਸ ਸੰਸਾਰ ਤੇ ਜੋ ਵੀ ਆਇਆ ਹੈ ਨਾ ਉਸ ਨੂੰ ਇਸ ਸੰਸਾਰ ਤੋਂ ਜਾਣਾ ਪਿਆ ਪਾਤਸ਼ਾਹ ਨੇ ਆਖਿਆ ਕਿ ਇਹ ਸੰਸਾਰ ਉਸ ਪ੍ਰਭੂ ਦੀ ਖੇਤੀ ਹੈ ਫਸਲ ਹੈ ਤੇ ਉਹਦੀ ਮਰਜ਼ੀ ਹੈ ਨਾ ਭਾਵੇਂ ਕੱਚੀ ਵੱਢ ਲਵੇ ਭਾਵੇਂ ਪੱਕੀ ਪਾਤਸ਼ਾਹ ਨੇ ਗੁਰਬਾਣੀ 'ਚ ਉਚਾਰਿਆ ਕਾਚੀ ਪਾਕੀ ਬਾਹਰ ਪ੍ਰਾਣੀ ਤੇ ਪਾਤਸ਼ਾਹ ਦਾ ਉਪਦੇਸ਼ ਹੈ ਕਿ ਇਹ ਪ੍ਰਾਣੀ ਇਸ ਜੀਵਨ ਨੂੰ ਇਸ ਜਨਮ ਨੂੰ ਤੂੰ ਸਫਲ ਬਣਾਉਣਾ ਬੰਦਗੀ ਦੇ ਨਾਲ ਜੁੜ ਜਾ ਸਿਮਰਨ ਕਰਿਆ ਕਰ ਸੇਵਾ ਕਰਿਆ ਕਰ ਪਤਾ ਨਹੀਂ ਇਹ ਸਰੀਰ ਨੇ ਕਦੋਂ ਢਹਿ ਢੇਰੀ ਹੋ ਜਾਣਾ ਪਾਤਸ਼ਾਹ ਦਾ ਉਪਦੇਸ਼ ਹੈ ਕਿ ਗੁਰਸਿੱਖ ਭਾਵੇਂ ਤੇਰੇ ਪਾਸ ਬਹੁਤ ਧਨ ਹੈ ਭਾਵੇਂ ਬਹੁਤ ਦੌਲਤ ਹੈ ਪਰ ਸਾਧ ਸੰਗਤ ਦੇ ਵਿੱਚ ਆਇਆ ਕਰ ਸੰਗਤ ਦੇ ਵਿੱਚ ਆਵੇਂਗਾ ਤੈਨੂੰ ਮਾਇਆ ਵਿੱਚ ਨਿਰਲੇਪ ਰਹਿਣ ਦੀ ਯੁਗਤੀ ਆ ਜਾਣੀ ਹੈ ਇੱਕ ਐਸੀ ਵਾਰਤਾ ਆਉਂਦੀ ਹੈ ਸੰਗਤ ਦੇ ਵਿੱਚ ਰਹਿਣ ਦੀ ਕੀ ਫਲ ਪ੍ਰਾਪਤ ਹੁੰਦਾ ਮਹਾਰਾਸ਼ਟਰ ਦੇ ਵਿੱਚ ਇੱਕ ਬਹੁਤ ਪੂਜਨੀਕ ਬ੍ਰਹਮ ਗਿਆਨੀ ਮਹਾਪੁਰਸ਼ ਸੰਤ ਤੁਕਾਰਾਮ ਜੀ ਹੋਏ ਨੇ ਬੜੇ ਬ੍ਰਹਮ ਗਿਆਨੀ ਸਾਰੇ ਮਹਾਰਾਸ਼ਟਰ ਵਿੱਚ ਉਹਨਾਂ ਦੀ ਮਾਨਤਾ ਸੀ ਉਹਨਾਂ ਦਾ ਬਾਰ ਬਾਰ ਗ੍ਰੰਥਾਂ ਦੇ ਵਿੱਚ ਜ਼ਿਕਰ ਆਇਆ ਇੱਕ ਦਿਨ ਨਦੀ ਤੋਂ ਇਸ਼ਨਾਨ ਕਰਕੇ ਆ ਰਹੇ ਨੇ ਪਿੱਛੇ ਪਿੱਛੇ ਧਰਮ ਪਤਨੀ ਹੈ ਸੰਤਾਂ ਨੇ ਵੇਖਿਆ ਇੱਕ ਸੋਨੇ ਦਾ ਜੇਵਰ ਪਿਆ ਮਿੱਟੀ ਪਾਉਣ ਲੱਗ ਪਏ ਕਿ ਪਿੱਛੇ ਪਤਨੀ ਆ ਰਹੀ ਹੈ ਉਹਨੇ ਚੁੱਕ ਲੈਣਾ ਪਰ ਪਤਨੀ ਨੇ ਵੇਖ ਲਿਆ ਕੋਲ ਆ ਕੇ ਆਖਣ ਲੱਗੀ ਸਵਾਮੀ ਜੀ ਇਹ ਤਾਂ ਪਹਿਲਾਂ ਹੀ ਮਿੱਟੀ ਹੈ ਇਹਦੇ ਉੱਪਰ ਮਿੱਟੀ ਕਿਉਂ ਪਾ ਰਹੇ ਹੋ ਮਿੱਟੀ ਉੱਤੇ ਮਿੱਟੀ ਪਾਉਣ ਦੀ ਕੀ ਲੋੜ ਹੈ ਤੇ ਮਹਾਂਪੁਰਸ਼ ਇੰਨੇ ਹੈਰਾਨ ਹੋਏ ਕਹਿੰਦੇ ਭਾਗਵਾਨੇ ਮੈਂ ਤੇਰੇ ਨਾਲੋਂ ਪਛੜ ਗਿਆ ਤੇ ਤੂੰ ਮੇਰੇ ਨਾਲੋਂ ਅਗਾਂਹ ਟੱਪ ਗਈ ਹੈ ਐਸੀ ਸੰਗਤ ਦੀ ਕਿਰਪਾ ਹੋ ਜਾਂਦੀ ਹੈ ਨੈਬ ਸਿੰਘ ਨਾ ਰਿਹਾ ਨਾ ਕੋਈ ਇਹ ਦਸਤੂਰ ਪੁਰਾਣਾ ਏ ਦਸਤੂਰ ਪੁਰਾਣਾ ਏ ਦਸਤੂਰ ਪੁਰਾਣਾ ਏ ਜਿੰਦ ਪੁੱਤ ਚੋਂ ਨਿਕਲ ਕੇ ਤੁਰ ਜੂ ਜੋ ਟਾਣੀ ਨਾਲੋਂ ਫੁੱਲ ਟੁੱਟਿਆ ਯਾ ਜਨਮ ਅਮੋਲ ਤੇਰਾ ਮਿੱਟੀ ਵਿੱਚ ਰੋਲ ਸੁੱਟਿਆ ਯਾ ਜਨਮ ਅਮੋਲ ਤੇਰਾ ਮਿੱਟੀ ਵਿੱਚ ਰੋਲ ਸੁੱਟਿਆ ਤੇਰਾ ਜਨਮ ਅਮੋਲ ਤੇਰਾ ਮਿੱਟੀ ਵਿੱਚ ਰੋਲ ਸੁੱਟਿਆ ਪਾਣੀ ਮਾਨ ਨੂੰ ਓ ਪਾਣੀ ਮਾਨ ਨੂੰ ਠੋਕਰਾ ਮਾਰੇ ਤੂੰ ਨਾਮ ਜਪ ਜਾਗ ਸੁੱਤਿਆ ਮੇਰਾ ਜਨਮ ਅਮੋਲ ਤੇਰਾ
ਵਿੱਚ ਰੋਲ ਸੁਰਪਿਆ ਮੇਰਾ ਜਨਮ ਅਮੋਲਕ ਤੇਰਾ ਮਿੱਟੀ ਵਿੱਚ ਰੋਲ ਸੁਰਪਿਆ ਮੇਰਾ ਜਨਮ ਅਮੋਲਕ ਤੇਰਾ ਮਿੱਟੀ ਵਿੱਚ ਰੋਲ ਸੁਰਪਿਆ ਵਾਹਿਗੁਰੂ 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 ਵਾਹਿਗੁਰੂ